केंद्र सरकार द्वारा पेट्रोल डीजल दी कीमतों च दिन ब दिन वाधा किया जा रहा है। केंद्र सरकार दी नीतियां दे खिलाफ अज ट्रक ड्राइवर ने पुतला फूक के प्रदर्शन किया। ट्रक ऑपरेटर पंजाब यूनियन के प्रधान हैप्पी संधू ने कहा कि कोरोना महामारी के कारण काम काज पहले ही घट है, जिदे कारण कमाई भी घट हो रही है। तो दूजे पासे सरकार 40 to 60 हज़ार तक के चलान कर रही है, जो कि सरासर गलत है। इस समस्या तो दुखी होकर कई ट्रक ड्राइवर खुदकुशी कर गए हैं। उन्होंने मांग है कि पेट्रोल डीजल के रेटा घट किया जाए और किलोमीटर के हिसाब न रेट तय किए जा। अज आल पंजाब ट्रक ऑपरेटर यूनियन वालों जिथे कि पंजाब दे विच जिहड़े डीजल रेट वधे उन्हों लैके आपां रोस मुजहरे किए जा रहे और पुतले साड़े जा रहे हैं, क्योंकि जिहड़ी सेंटर की सरकार आ अज जिहड़े अंतरराष्ट्रीय मार्केट में कच्चे तेल दीआं कीमतां बहुत घट होण दे बावजूद भी अपनी एक्साइज ड्यूटी में वाधा कर करके जिथे वह रेट वधा रहे ने उत्थे पंजाब सरकार भी किसी तो घट नहीं, क्योंकि इन्हें भी जदों ही एक्साइज ड्यूटी वधदी आ ते उहदे उत्ते एक्साइज ड्यूटी वधा दित्ती जांदी आ, जदों डीजल के रेट जिहड़े आ ਉਹ ਅੰਤਰਰਾਸ਼ਟਰੀ ਮਾਰਕੀਟ 'ਚ ਘੱਟ ਹੋਣ ਦੇ ਬਾਅਦ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੇ ਜਿਹੜੀ ਐਕਸਾਈਜ਼ ਡਿਊਟੀ ਵਧਾਤੀ ਆ, ਕਿਉਂਕਿ ਉੱਥੇ ਟਰੱਕ ਆਪਰੇਟਰਾਂ ਦਾ ਜਿਹੜਾ ਅੱਗੇ ਹੀ ਡਿਮਾਂਡ ਐਂਡ ਸਪਲਾਈ ਦਾ ਫਰਕ ਆ, ਕੰਮ ਘੱਟ ਹੋਣ ਕਰਕੇ ਰੇਟ ਅੱਗੇ ਹੀ ਬਹੁਤ ਜ਼ਿਆਦਾ ਘੱਟ ਨੇ, ਅਤੇ ਉਹ ਟਰੱਕ ਆਪਰੇਟਰਾਂ ਦਾ ਜਿਹੜਾ ਧੰਦਾ ਆ ਇਹ ਚਲਾਉਣਾ ਬਹੁਤ ਔਖਾ ਹੋ ਗਿਆ। ਇਹਨੂੰ ਲੈ ਕੇ ਅੱਜ ਪੁਤਲੇ ਸਾੜੇ ਜਾ ਰਹੇ ਆ ਉੱਥੇ ਜਿੱਥੇ ਸੈਂਟਰ ਸਰਕਾਰ ਇਹੋ ਜਿਹਾ ਕੰਮ ਕਰ ਰਹੀ ਆ ਕਿ ਟਰੱਕ ਆਪਰੇਟਰਾਂ ਨੂੰ ਰਾਹਤ ਕੀ ਦੇਣੀ ਆ, ਉਲਟਾ ਜਿਹੜਾ ਬੋਝ ਪਾ ਰਹੀ ਹੈ ਕਿ ਕੋਰੋਨਾ ਦੇ ਟਾਈਮ ਦੇ ਵਿੱਚ ਹਰ ਇੱਕ ਸਰਕਾਰ ਦਾ ਫਰਜ਼ ਬਣਦਾ ਕਿ ਜਿਹੜੇ ਟੈਕਸ ਦਿੰਦੇ ਔਖੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ, ਪਰ ਸਾਡੀ ਸਰਕਾਰ ਜਿਹੜੀਆਂ ਦੋਨੋਂ ਹੀ ਸਰਕਾਰਾਂ ਨੇ ਇਹ ਟਰੱਕ ਆਪਰੇਟਰਾਂ ਨੂੰ ਮਾਰਨ ਦੇ ਤੁਲੀਆਂ ਹੋਈਆਂ। ਜੇ ਪੰਜਾਬ ਦੀ ਆਪਾਂ ਗੱਲ ਕਰਦੇ ਆ, ਅੱਜ ਪੰਜਾਬ ਦੇ ਵਿੱਚ ਭਾਰੀ ਚਲਾਨ ਹੋ ਰਹੇ ਆ। ਮੇਰਾ ਖਿਆਲ ਹੈ ਕਈ ਵਾਰੀ ਟਰੱਕ ਦਾ ਜਿਹੜਾ ਚਲਾਨ ਹੋ ਜਾਂਦਾ ਆ ਉਹ 60-60 ਹਜ਼ਾਰ ਦਾ ਚਲਾਨ ਕਰ ਰਹੇ ਆ। ਜੇ RC ਹੈ ਨਹੀਂ ਉਹਦਾ ਵੀ 20 ਹਜ਼ਾਰ ਰੁਪਈਆ, ਜੇ ਆਪਣੇ ਕੋਲ ਇੰਸ਼ੋਰੈਂਸ ਹੈ ਨਹੀਂ ਉਹਦਾ ਵੀ 20 ਹਜ਼ਾਰ ਰੁਪਈਆ। ਇੱਥੇ ਤੱਕ ਕਿ ਮੈਂ ਇੱਕ ਦਿਨ ਕਿਸੇ 3-wheeler ਦਾ ਕੋਈ ਚਲਾਨ ਆਟੋ ਰਿਕਸ਼ੇ ਦਾ ਚਲਾਨ ਕਰ ਦਿੱਤਾ ਅਤੇ ਉਹਦਾ ਓਵਰਹਾਈਟ ਲਿਖਿਆ ਹੋਇਆ ਸੀ ਉਹਦੇ ਚਲਾਨ ਵਾਸਤੇ। ਜਦੋਂ ਕਿਹਾ ਕਹਿੰਦੇ ਜੀ ਇਹ ਤਾਂ 20 ਹਜ਼ਾਰ ਰੁਪਈਆ ਲੱਗਣਾ, ਤਾਂ ਮੈਨੂੰ ਉਹ ਕਹਿੰਦਾ ਵੀ 20 ਹਜ਼ਾਰ ਦਾ ਤਾਂ ਮੇਰਾ ਜਿਹੜਾ ਹੈਗਾ ਆਟੋ ਨਹੀਂ ਹੈਗਾ ਕਿ ਮੈਂ ਆਟੋ ਹੀ ਛੱਡ ਦਿੰਦਾ। ਸੋ ਉਸੇ ਤਰ੍ਹਾਂ ਟਰੱਕ ਆਪਰੇਟਰਾਂ ਦੇ 60-60 ਹਜ਼ਾਰ ਦੇ ਜਿਹੜੇ ਚਲਾਨ ਹੋ ਰਹੇ ਆ ਇਹ ਪੰਜਾਬ ਸਰਕਾਰ ਬੰਦ ਕਰੇ ਔਰ ਟਰੱਕ ਆਪਰੇਟਰਾਂ ਨੂੰ ਘੱਟੋ ਘੱਟ ਜੋ ਹੈ ਪਰ ਕਿਲੋਮੀਟਰ ਦੇ ਹਿਸਾਬ ਨਾਲ ਕੋਈ ਰੇਟ ਫਿਕਸ ਕਰੇ, ਤਾਂ ਕਿ ਜਿਹੜੇ ਡੀਜ਼ਲ ਦੇ ਰੇਟ ਜਦੋਂ ਵਧਣ ਉਹਦੇ ਨਾਲ ਸਾਡਾ ਆਟੋਮੈਟਿਕ ਵਧੇ, ਜੇ ਘੱਟਦਾ ਹੈ ਤਾਂ ਘਟਾਇਆ ਜਾਵੇ। ਸਾਡੀ ਇਹਨੂੰ ਲੈ ਕੇ ਅਸੀਂ ਕਰ ਰਹੇ ਸੀ।